ਤੇ ਝਗੜਾ ਹੋਇਆ ਜੀ, ਕੀ ਕਾਰਨ ਕੀ ਹੈ? ਸਰ ਬੱਚੀ ਦੇ ਕਾਰਨ ਹੋਇਆ, ਛੋਟੀ ਜਿਹੀ ਬੱਚੀ ਸੀਗੀ ਤੇ ਉਹ ਸਰ ਖੇਡਣ ਦੀ ਸੀ ਬਾਹਰ ਤੇ ਲੰਘਣ ਦੇ ਸੀਗੇ ਇਹਨਾਂ ਦੇ ਨਾਲ ਵੀ, ਉਹਨਾਂ ਦਾ ਬੇਟਾ ਛੋਟਾ ਜਿਹਾ ਹੈਗਾ ਸੀ ਤੇ ਉਹ ਬੱਚੀ ਨੇ ਰੇਤ ਫੜ ਕੇ ਜੋ ਨੇ ਮਾੜਾ ਜਿਹਾ ਹੀ ਹੈ, 2 ਸਾਲਾਂ ਦੀ ਬੱਚੀ ਹੈ ਜੀ ਉਹ, ਤੇ ਐਂ ਮਾੜਾ ਜਿਹਾ ਕੀਤਾ ਸੀ ਉਹਨਾਂ ਨੇ। ਅਧੇਬੂ ਨੇ ਬੜੀ ਗੱਦੀ ਉਹਨੂੰ ਬੱਚੀ ਨੂੰ ਗਾਲ ਕੱਢੀ ਆ ਤੇ ਕੁੜੀ ਨੇ ਸੁਣ ਲਿਆ ਸੀ ਉਹਨਾਂ ਨੇ, ਤੇ ਕੁੜੀ ਕਹਿੰਦੀ ਵੀ ਅੰਕਲ ਇੱਦਾਂ ਗਾਲ ਕੱਢੀ ਜੇ ਤੁਸੀਂ, ਉਹ ਤਾਂ ਛੋਟੀ ਜਿਹੀ ਬੱਚੀ ਜੇ ਤੁਸੀਂ ਛਾਣੇ ਜੇ, ਉਹ ਫਿਰ ਉਹਦੇ ਵੀ ਗੱਲ ਪੈ ਗਿਆ ਜੀ। ਤੇ ਮੁੜ ਕੇ ਫਿਰ ਉਹ ਹੱਥੀ ਪੈਣ ਲੱਗਿਆ ਤੇ ਦਵਾ ਦਵਾ ਆਪਣੇ ਪਿਓ ਨੇ ਇਹਨਾਂ ਨੇ ਅੰਦਰ ਵੜ ਲਿਆ, ਬੂਹਾ ਢੋ ਲਿਆ। ਉਸ ਤੋਂ ਬਾਅਦ ਅਸੀਂ ਇਹਨਾਂ ਦੇ ਨਾਲ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਅਸੀਂ ਥਾਣੇ ਚਲੇ ਗਏ ਸੀ। ਇਹ ਸਾਡੇ ਮਗਰੇ ਹੀ ਆ ਗਈਆਂ ਕੁੜੀਆਂ ਲੈ ਕੇ ਆ ਗਏ ਆ, ਅਤੇ ਜੀ ਕੁੜੀਆਂ ਲੈ ਕੇ ਥਾਣੇ ਆ ਗਏ। ਉਸ ਤੋਂ ਬਾਅਦ ਇਹ ਰੌਲਾ ਪਾਉਣ ਲੱਗੀ, ਗਾਲਾਂ ਕੱਢਣ ਲੱਗੀ ਵੀ ਮੈਨੂੰ ਕਿਹੜਾ ਪੁਲਿਸ ਵਾਲੇ ਗੋਲੀ ਮਾਰ ਦੇਣਗੇ ਅਤੇ ਮੇਰਾ ਕੀ ਕਰ ਲੈਣਗੇ, ਅਤੇ ਮੇਰੀ ਕੰਪਲੇਂਟ ਪਹਿਲਾਂ ਲਿਖੋ। ਉਹਨਾਂ ਨੇ ਸਰ ਫਿਰ ਕੰਪਲੇਂਟ ਉਹਨਾਂ ਦੀ ਪਹਿਲਾਂ ਲਿਖੀ ਆ, ਬਾਅਦ 'ਚ ਸਾਡੀ ਵੀ ਕੰਪਲੇਂਟ ਲਿਖ ਕੇ ਸਾਨੂੰ ਕਹਿੰਦੇ ਵੀ ਤੁਸੀਂ ਜਾਓ, ਅਸੀਂ ਆਪੇ ਸਮਝਾ ਦਾਂਗੇ, ਸਾਡੇ ਨਾਲ ਵੀ ਸਾਡੇ ਨਾਲ ਚਲੋ, ਸਾਨੂੰ ਮਾਲੀ ਜਾਨੀ ਦਾ ਨੁਕਸਾਨ ਹੋ ਸਕਦਾ। ਹਾਂਜੀ, ਬਹੁਤ ਕਿਹਾ ਜੀ, ਉਹ ਕਹਿੰਦੇ ਕਿ ਤੁਸੀਂ ਜਾਓ, ਅਸੀਂ ਆਪੇ ਸਮਝਾ ਦਾਂਗੇ, ਇੱਕ ਵਾਰੀ ਤੁਹਾਨੂੰ ਕਿਹਾ ਜੀ ਤੁਸੀਂ ਜਾਓ, ਅਤੇ ਅਸੀਂ ਸਰ ਉਹਨਾਂ ਦੇ ਕਹਿਣ ਤੋਂ ਆ ਗਏ ਜੇ। ਇਹਨਾਂ ਨੇ ਪਹਿਲੀ ਪਲੈਨਿੰਗ ਬਣਾਈ ਸੀ ਕਿ ਇਹ ਰਾਹ ਦੇ ਉੱਤੇ ਰੋਡ 'ਤੇ ਹੀ ਖਲੋਤੇ ਨੇ, ਸਾਨੂੰ ਹਜੇ ਅਸੀਂ ਕਿੰਨੇ ਜਾਣੇ ਸੀ, ਇਹ 8-7 ਜਣੇ ਸੀ ਸਰ, ਅਤੇ 8-7 ਜਣੇ ਸੀ ਉੱਥੇ। ਮੈਂ ਹਜੇ ਗੱਡੀ 'ਤੇ ਉਤਰ ਨਹੀਂ ਲੱਗੀ ਆ ਸਰ, ਉਹਨਾਂ ਨੇ ਦਵਾ ਦਵ ਪਹਿਲੇ ਹੀ ਸਾਡੇ 'ਤੇ ਹਮਲਾ ਕੀਤਾ, ਬੜਾ ਹੀ ਸਾਨੂੰ ਮਾਰਿਆ ਵਾ, ਬਹੁਤ ਹੀ ਜ਼ਿਆਦਾ ਦੋਵਾਂ ਜਣੀਆਂ ਨੂੰ ਕੁੱਟਿਆ। ਉਹਨਾਂ ਕੋਲ ਹਥਿਆਰ ਵੀ ਸੀ? ਹਾਂਜੀ, ਹਥਿਆਰ ਹੈਗੇ ਸੀ, ਤਾਂ ਹੀ ਮੇਰਾ ਸਿਰ ਸੁਰ ਪਾਟਿਆ ਵਾ, ਕੁਛ ਮਾਰਿਆ ਮੈਨੂੰ ਮੁੜ ਕੇ ਸਾਡੇ 'ਤੇ। ਮੈਨੂੰ ਹਾਂ ਹੋਸ਼ ਹੀ ਨਹੀਂ ਕਿ ਸਾਨੂੰ ਕਰਨ ਦੇ, ਮੇਰੇ ਲੋਹ ਬੜਾ ਵਗਣ ਲੱਗ ਗਿਆ, ਮੇਰੀ ਕੁੜੀ ਦੇ ਗੁੰਮ ਸੱਟਾਂ ਲੱਗੀਆਂ ਨੇ, ਪੇਟ 'ਤੇ ਲੱਗੀਆਂ ਨੇ, ਅਤੇ ਸਰ ਬਚਾਉਣ ਵਾਸਤੇ ਕੁੜੀ ਆਈ ਸੀ? ਹਾਂਜੀ, ਬਚਾਉਣ ਵਾਸਤੇ ਕੁੜੀ ਆਈ, ਹਾਂਜੀ ਉਹ ਬਚਾਉਣ ਵਾਸਤੇ ਆਈ, ਉਹਨੂੰ ਵੀ ਫੜ ਲਿਆ ਉਹਨਾਂ ਨੇ ਅਤੇ ਉਹਨੂੰ ਵੀ ਕੁੱਟਿਆ, ਅਤੇ ਸਾਰੀਆਂ ਨੂੰ ਇਹਨਾਂ ਨੂੰ ਕੁੱਟ ਛੱਡਿਆ। ਮੁੜ ਕੇ ਸਰ ਅਸੀਂ ਸੱਟ ਲੱਗਣ ਤੋਂ ਬਾਅਦ ਵੀ ਥਾਣੇ ਗਏ ਗੇ, ਜਦੋਂ ਥਾਣੇ ਗਏ ਇਹਨਾਂ ਨੇ ਸਾਡੇ ਮਗਰ ਦਫ਼ਤਰ ਲੈ ਕੇ ਅਤੇ ਸਾਡੇ ਬੈਗ ਥਾਣੇ ਤੱਕ ਆਏ, ਗੱਡੀ, ਹਾਂ ਗੱਡੀ ਲਾਈ ਸਾਡੇ ਮਗਰ, ਉੱਥੋਂ ਥਾਣੇ ਤੋਂ ਅਸੀਂ ਥਾਣੇ 'ਤੇ ਵੜ ਗਏ। ਇਹਨਾਂ ਨੇ ਫਿਰ ਪੁਲਿਸ ਵਾਲੇ ਕਹਿੰਦੇ ਵੀ ਤੁਸੀਂ ਬਾਹਰ ਨਿਕਲ ਜਾਓ, ਤੁਸੀਂ ਨਾ ਸੌਂਦੇ ਹੋ, ਨਾ ਸੌਣ ਦਿੰਦੇ ਹੋ, ਅਤੇ ਤੁਸੀਂ ਅੱਧੀ ਰਾਤ ਆਣ ਕੇ ਰੋਲਾ। ਕਿਹਦੇ ਵੱਲੋਂ ਕਹਿ ਗਈ ਜੀ ਇਹ ਤਾਂ? ਹਾਂਜੀ, ਪੁਲਿਸ ਵਾਲੇ ਵੱਲੋਂ, ਪੁਲਿਸ ਵਾਲੇ ਕਹਿੰਦੇ ਸੀ ਵੀ ਤੁਸੀਂ ਅੱਧੀ ਰਾਤ ਆ ਜਾਂਦੇ ਜੇ ਪਹਿਲਾਂ, ਮਤਲਬ ਲੜਾਈਆਂ ਕਰਦੇ, ਫਿਰ ਤੁਸੀਂ ਸਾਨੂੰ ਵੀ ਨਹੀਂ ਸੌਣ ਦਿੰਦੇ ਜੇ, ਅਤੇ ਬਾਹਰ ਨਿਕਲੋ ਇੱਥੋਂ, ਇੱਦਾਂ ਉਹ ਪੁਲਿਸ ਵਾਲੇ ਕਹਿ ਰਹੇ ਸੀਗੇ। ਅਸੀਂ ਮੈਂ ਰੋਣ ਦੀ ਹਾਂ, ਅਤੇ ਮੁੜ ਕੇ ਸਰ ਮੈਂ ਬੜਾ ਰੋਈ ਕਿ ਮੇਰੇ ਹੁਣ ਇੰਨੀਆਂ ਸੱਟਾਂ ਲਿਖੀਆਂ ਲੱਗੀਆਂ ਜੇ, ਅਤੇ ਮੈਂ ਕਿਹਾ ਸਾਡੀ ਸੁਣਵਾਈ ਨਹੀਂ ਕਰਦੇ, ਉਹ ਕਹਿੰਦੇ ਵੀ ਅਸੀਂ ਆਪੇ ਪੁਲਿਸ ਵਾਲੇ ਭੇਜਦੇ ਹਾਂ। ਅਤੇ ਡਾਟ ਕੱਟ ਕੇ ਦਿੱਤਾ ਸੀਗਾ ਤੁਹਾਨੂੰ? ਹਾਂਜੀ, ਜਦੋਂ ਮੈਡੀਕਲ ਕਰਾਉਣ ਵਾਸਤੇ? ਹਾਂਜੀ, ਫਿਰ ਮੈਡੀਕਲ ਕਰਾਉਣ ਵਾਸਤੇ ਅਸੀਂ ਆਖਿਆ ਵੀ ਤੁਸੀਂ ਸਾਡੇ ਨਾਲ ਚੱਲੋ, ਅਤੇ ਅਸੀਂ ਇਕੱਲੇ ਜਾਵਾਂਗੇ, ਸਾਨੂੰ ਖਤਰਾ ਜੇ। ਅਤੇ ਉਹ ਕਹਿੰਦੇ ਕਿ ਨਾਲ ਨਹੀਂ ਅਸੀਂ ਜਾ ਸਕਦੇ, ਅਸੀਂ ਤੁਹਾਨੂੰ ਘਰ ਤੱਕ ਛੱਡ ਆਉਂਦੇ ਹਾਂ, ਅੱਗੇ ਮੁਲਾਜ਼ਮਾਂ ਕਰਨ ਤੁਸੀਂ ਆਪ ਹੀ ਜਾਣਾ ਪੈਣਾ ਵਾ। ਅਤੇ ਫਿਰ ਸਾਨੂੰ ਕਿਸ ਦਿਨ ਦੀ ਗੱਲ ਹੈ ਜੀ, ਕਿਹੜੀ ਸੱਟਾਂ? ਇਹ ਮੰਗਲਵਾਰ ਦੀ ਗੱਲ ਹੈ ਜੀ। ਸ਼ਰਾਬ ਨਸ਼ਾ ਵੇਚਦੇ ਆ, ਉਹਦੇ ਬੂਹੇ ਨਾ ਜਿਹੜਾ ਉਹ ਨਸ਼ਾ ਵੇਚਦਾ, ਗਲੀ ਦੇ ਵਿੱਚ ਸਰੇਆਮ ਵੇਚਦਾ ਵਾ, ਉਹ ਮਹੀਨਾ ਲੈਣ ਆਉਂਦੇ ਆ, ਹਰ ਮਹੀਨੇ ਪੈਸੇ ਲੈ ਕੇ ਜਾਂਦੇ ਆ, ਅਤੇ ਉਹਨੂੰ ਕੋਈ ਵੀ ਕੰਪਲੇਂਟ ਹੋਵੇ ਢੇਬੂ ਨੂੰ ਫੜਨ ਨੂੰ ਆਉਂਦੇ ਹੀ ਨਹੀਂ ਆ। ਠੀਕ ਆ ਜੀ, ਜੇ ਅਸੀਂ ਕਹਿੰਦੇ ਵੀ ਹਾਂ ਤਾਂ ਉਹ ਆ ਵੀ ਜਾਂਦੇ ਨਾ, ਪਹਿਲਾਂ ਢੇਬੂ ਨੂੰ ਫੋਨ ਕਰ ਦਿੰਦੇ ਵੀ ਅਸੀਂ ਆਉਂਦੇ, ਤਾਂ ਆਪੇ ਭੱਜ ਭੁੱਜ ਕੇ ਦੇ ਕਿਸੇ ਆਸੇ ਪਾਸੇ ਚਲ ਜਾਂਦੇ ਜੀ, ਇਸ ਕਰਕੇ ਤਾਂ ਉਹਨਾਂ ਨੂੰ ਮੰਗ ਕੀ ਹੈ ਜੀ ਪ੍ਰਸ਼ਾਸਨ? ਹਾਂਜੀ, ਮੰਗ ਕੀ ਪ੍ਰਸ਼ਾਸਨ ਸਰਕਾਰ ਨੂੰ ਮੰਗ ਕੀ ਕਰਦੇ ਹੋ? ਅਸੀਂ ਸਰ ਇਹੋ ਕਹਿੰਦੇ ਹਾਂ ਵੀ ਸਾਡੇ 'ਤੇ ਇੱਦਾਂ ਹੁੰਦਾ ਰਿਹਾ, ਮੇਰੀਆਂ ਨੌਜਵਾਨਾਂ ਕੁੜੀਆਂ ਜਿੱਦਾਂ ਸਾਨੂੰ ਘੇਰ ਲਿਆ ਵਾ, ਜਿੱਦਾਂ ਫੜ ਲਿਆ ਜੇ, ਅਸੀਂ ਸਰ ਬਾਹਰ ਧੱਕੇ ਖਾਂਦੇ ਰਹੇ, ਮਗਰੋਂ ਮੇਰੀਆਂ ਕੁੜੀਆਂ ਦਾ ਬੂਹਾ ਵੀ ਇਹਨਾਂ ਨੇ ਸਾਰੀ ਰਾਤ ਤੋੜਿਆ, ਇਹਨਾਂ ਦੇ ਮੁੰਡਿਆਂ ਨੇ, ਉਹ ਵੀ ਨਿਸ਼ਾਨ ਮੇਰੇ ਕੋਲ ਫੋਟੋਆਂ ਖਿੱਚੀਆਂ ਨੇ। ਹਾਂਜੀ, ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਜੀ? ਸਰ ਮੈਂ ਸਰਕਾਰ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੀ ਹਾਂ
ਵੀ ਜਿੱਦਾਂ ਸਾਡੇ 'ਤੇ ਹਮਲਾ ਕੀਤਾ ਗਿਆ ਸਾਨੂੰ ਇਸ ਗੱਲ ਦਾ ਇਨਸਾਫ ਮਿਲੇ ਕਿ ਕੱਲ੍ਹ ਨੂੰ ਮੇਰੀਆਂ ਕੁੜੀਆਂ ਨੂੰ ਜਾਂ ਮੇਰੇ ਬੰਦੇ ਨੂੰ ਜਾਂ ਮੈਨੂੰ ਆਉਂਦੇ ਜਾਂਦੇ ਨੂੰ ਅਸੀਂ ਵੀ ਮਿਹਨਤ ਕਰਕੇ ਕਮਾਈ ਕਰਕੇ ਖਾਂਦੇ ਹਾਂ, ਆਉਂਦਿਆਂ ਜਾਂਦਿਆਂ ਨੂੰ ਨੁਕਸਾਨ ਪਹੁੰਚਾਉਣਗੇ ਜਾਂ ਸਾਨੂੰ ਸਰਟੀਫਿਕੇਟ ਲਾਉਣਗੇ, ਘਰ ਬੂਹੇ ਤੋੜਨ ਤੱਕ ਆ ਗਏ ਜੇ ਮੇਰੀਆਂ ਕੁੜੀਆਂ ਨੂੰ ਕੋਈ ਅਵੀ ਤਵੀ ਗੱਲ ਹੋ ਗਈ ਤਾਂ ਫਿਰ ਇਹੋ ਹੀ ਬੰਦੇ ਜ਼ਿੰਮੇਵਾਰ ਹੋਣਗੇ ਇਸ ਗੱਲ ਦਾ। ਠੀਕ ਜੀ, ਹਾਂਜੀ, ਮੇਰੇ ਮੰਮੀ ਦੇ ਹੱਥੀ ਪਏ ਸੀ ਸਾਰੇ, ਮੈਂ ਮੰਮੀ ਨੂੰ ਮੇਰੀ ਨੂੰ ਬਚਾਉਣ ਆਈ ਹਾਂ, ਮੇਰੇ ਮੰਮਾ ਨੀਚੇ ਡਿੱਗ ਗਏ ਅਤੇ ਮੁੜ ਕੇ ਮੇਰੇ ਹੱਥੀ ਪੈ ਗਏ, ਮੈਨੂੰ ਬਹੁਤ ਮਤਲਬ ਸੱਟਾਂ ਲਾਈਆਂ ਹੋਈਆਂ ਉਹਨਾਂ ਨੇ, ਢਿੱਡ 'ਚ ਲੱਤਾਂ ਮਾਰੀਆਂ ਵਗੈਰਾ ਵਾ, ਥੱਪੜ ਮਾਰੇ। ਕਿੰਨਾ ਨੇ ਮਾਰੇ ਗਏ? ਦੇਬੂ ਅਤੇ ਦੇਬੂ ਦੇ ਮੁੰਡੇ ਹਨੀ। ਅੱਛਾ ਜੀ, ਹਾਂਜੀ, ਤੁਸੀਂ ਮੰਮੀ ਨੂੰ ਬਚਾਉਣ ਗਏ ਸੀ ਕਿਦੋਂ ਹੱਥੀ ਪਏ? ਮੈਂ ਮੰਮੀ ਨੂੰ ਬਚਾਉਣ ਗਈ। ਅੱਛਾ, ਉਸ ਤੋਂ ਬਾਅਦ ਮੈਂ ਮੰਮੀ ਦੇ ਫਿਰ ਦੁਆਲੇ ਹੋ ਗਏ, ਉਹਨਾਂ ਦੇ ਸਿਰ ਸੁਰ ਫਾੜਿਆ ਹੈਗਾ ਮੰਮਾ ਦਾ ਇਹਦਾ, ਅਤੇ ਮੈਂ ਸਾਈਡ 'ਤੇ ਉੱਥੇ ਵੀਡੀਓ ਬਣਾਉਣ ਲੱਗੀ, ਜਦੋਂ ਮੈਂ ਵੀਡੀਓ ਬਣਾਉਣ ਲੱਗ ਗਈ ਮੇਰੇ ਉੱਤੋਂ ਫੋਨ ਖੋ ਕੇ ਦੇਬੂ ਭੱਜ ਗਿਆ। ਅੱਛਾ ਜੀ, ਫਿਰ ਥਾਣੇ ਗਏ ਸੀ ਤੁਸੀਂ? ਹਾਂਜੀ, ਥਾਣੇ ਗਏ, ਥਾਣੇ ਜਾਣ ਤੋਂ ਬਾਅਦ ਹੀ ਆ ਕੇ ਇਹ ਗੱਲਾਂ ਹੋਈਆਂ। ਨਹੀਂ ਨਹੀਂ, ਕਦੋਂ ਸੱਟਾਂ ਲੱਗੀਆਂ ਫਿਰ ਥਾਣੇ ਗਏ? ਉਹ ਪਿੱਛੇ ਵੀ ਆਏ ਸੀ ਕਿ ਤੁਹਾਡੇ? ਹਾਂਜੀ, ਜਦੋਂ ਅਸੀਂ ਥਾਣੇ ਗਏ ਹਾਂ ਸਾਡੇ ਪਿੱਛੇ ਆਏ ਆ, ਦਾਤਲ ਵਗੈਰਾ ਲੈ ਕੇ ਗੱਡੀ 'ਚ ਸਾਡਾ ਪਿੱਛਾ ਕੀਤਾ, ਫਿਰ ਅਸੀਂ ਲੁਕੇ ਵੀ ਹੈਗੇ ਹਾਂ, ਅਤੇ ਉਸ ਤੋਂ ਬਾਅਦ ਸਾਈਡ 'ਤੇ ਹੋਣ ਤੋਂ ਬਾਅਦ ਅਸੀਂ ਆਪਣਾ ਅਸੀਂ ਆਪਣਾ ਮੰਮੀ ਦਾ ਮੈਡੀਕਲ ਕਰਵਾ ਕੇ ਲਿਆਏ ਸੀ। ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹੋ? ਪ੍ਰਸ਼ਾਸਨ ਨੂੰ ਮੈਂ ਇਹੀ ਕਹਿ ਰਹੀ ਹਾਂ, ਬੇਨਤੀ ਕਰਦੀ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ। ਠੀਕ ਹੈ ਜੀ। ਜੀ ਸਰ, ਆਪਣਾ ਨਾਮ ਦੱਸੋ। ਮੇਰਾ ਨਾਮ ਸੁਰਿੰਦਰ ਕੁਮਾਰ ਪੱਟੀ ਹੈ ਜੀ, ਔਰ ਸਭ ਤੋਂ ਪਹਿਲੇ ਜੋ ਬੋਲੇ ਸੋ ਰਿਟਾਇਰ ਭਗਵਾਨ ਆਦਮੀ ਕੁਮਾਰ ਅਸਤੀਜਾ, ਸਾਡੇ ਕੋਲ ਇੱਕ ਮਸਲਾ ਆਇਆ ਜੀ ਕਿ ਆਪਣੇ ਮੈਡਮ ਜਿਹੜੇ ਉਹ ਆਏ ਆ, ਇੱਕ ਬੱਚੇ ਤੋਂ ਲੜਾਈ ਹੋਈ ਸੀ, ਠੀਕ ਹੈ ਜੀ, ਥਾਣੇ ਦੇ ਵਿੱਚ ਜਿਹੜੀ ਇਹਨਾਂ ਜਾ ਕੇ ਰਿਪੋਰਟ ਵਗੈਰਾ ਦਿੱਤੀ ਆ, ਉਸ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹਦੀ ਮੰਗ ਕਰਦੇ ਹਾਂ ਕਿ ਜਿਹੜੇ ਵੀ ਉਹ ਬੰਦੇ ਦੇ ਨਾਲ ਇਹਨਾਂ ਦਾ ਝਗੜਾ ਹੋਇਆ ਵਾ, ਉਹ 'ਤੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਅਗਰ ਉਸ ਬੰਦੇ ਦੇ ਕਾਰਵਾਈ ਨਾ ਕੀਤੀ ਤਾਂ ਅਸੀਂ ਜਿਹੜਾ ਵਾ ਸੰਘਰਸ਼ ਜਿਹੜਾ ਉਹ ਤਿੱਖਾ ਕਰ ਦਾਂਗੇ, ਅਤੇ ਅਸੀਂ ਚਾਹਵਾਂਗੇ ਕਿ ਆਪਾਂ ਧਰਨਾ ਵੀ ਲਾ ਸਕਦੇ ਹਾਂ ਅਗਰ ਉਸ 'ਤੇ ਕਾਰਵਾਈ ਨਾ ਕੀਤੀ ਗਈ। ਅਤੇ ਅਸੀਂ ਮੀਡੀਆ ਰਾਏ ਇਹ ਕਹਿਣਾ ਚਾਹੁੰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਨੂੰ ਕਿ ਜਲਦ ਤੋਂ ਜਲਦ ਜਿਹੜੀ ਆ ਉਸ ਬੰਦੇ 'ਤੇ ਕਾਰਵਾਈ ਕੀਤੀ ਜਾਵੇ। ਠੀਕ ਹੈ ਸਰ, ਇੱਕ ਕੰਪਲੇਂਟ ਆਈ ਹੋਈ ਰਾਜਿੰਦਰ ਕੌਰ ਦੇ ਨਾਲ, ਕੀ? ਹਾਂਜੀ, ਇੱਕ ਪਰਸੋਂ ਨਾਈਟ ਹੈ ਨਾ, 23-24 ਦੀ ਦਰਮਿਆਨੀ ਰਾਤ, ਇੱਕ ਲੇਡੀਜ਼ ਰਾਜਵਿੰਦਰ ਕੌਰ ਆ, ਉਹਨੂੰ 12 ਨੰਬਰ ਗਲੀ ਦੀ ਹੈ, ਰਾਤ ਇੰਜਰਡ ਹੋਈ, ਸਾਡੇ ਪਾਸ ਪੁਲਿਸ ਸਟੇਸ਼ਨ ਕੰਪਲੇਂਟ ਕਰਨ ਆਈ ਸੀ, ਕੋਈ ਨੇਬਰ ਨਾਲ ਉਹਨਾਂ ਦਾ ਝਗੜਾ ਹੋਇਆ ਸੀ ਛੋਟੇ ਬੱਚੇ ਤੋਂ, ਅਤੇ ਅਸੀਂ ਉਹਦਾ ਮੈਡੀਕਲ ਵਗੈਰਾ ਡਾਕਟਰ ਜਿਹੜਾ ਸੀ ਉਹ ਜਾਰੀ ਕਰਤਾ ਸੀ, ਅਤੇ ਉਹਦੇ MLR ਹਾਲੇ ਤੱਕ ਸਾਡੇ ਕੋਲ ਰਸੀਵ ਨਹੀਂ ਹੋਈ, ਜੋ ਵੀ ਉਹਦੇ ਅਕੋਰਡਿੰਗ ਕਾਰਵਾਈ ਜਿਹੜੀ ਬਣਦੀ ਉਹ ਅਸੀਂ ਅਮਲ 'ਚ ਲਿਆ ਰਹੇ ਹਾਂ, ਅਤੇ ਹਾਲੇ MLR ਜਿਹੜੀ ਉਹ ਹਾਲੇ ਵਸੂਲ ਨਹੀਂ ਹੋਈ। ਵਸੂਲ ਹੋਣ ਤੋਂ ਬਾਅਦ ਕਾਰਵਾਈ ਕੀਤੀ ਜਾਏਗੀ? ਬਿਲਕੁਲ ਜੀ ਬਿਲਕੁਲ, ਜੋ ਵੀ ਆ ਇਹ ਪੁਲਿਸ ਜਿਹੜੀ ਆ ਉਹ ਆਪਣਾ ਜੋ ਬਣਦਾ ਕਾਰਵਾਈ ਜ਼ਰੂਰ ਕਰੇਗੀ। ਸਰ, ਕਿੰਨੇ ਬੰਦਿਆਂ ਦੇ ਖਿਲਾਫ ਉਹਨਾਂ ਨੇ? ਦਿਸ ਇਜ਼ ਦਾ ਪਾਰਟ ਆਫ ਇਨਵੈਸਟੀਗੇਸ਼ਨ, ਇਹ ਮੌਕੇ 'ਤੇ ਜਾ ਕੇ ਦਰਿਆਫਤ ਸਾਰੀ ਕਰਕੇ ਅਸੀਂ ਜਿਹੜੀ ਆ ਜੋ ਵੀ ਸਟੇਟਮੈਂਟ ਰਿਕਾਰਡ ਕਰਾਉਂਗੇ ਉਹਦੇ ਅਕੋਰਡਿੰਗ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਉਂਦੀ ਹੈ ਲਿਖਾਉਂਦੇ, ਲੋਕ ਕਾਫੀ ਲੋਕਾਂ ਦਾ ਨਾਂ ਲਿਖਾਉਣ ਦਿੰਦੇ ਨੇ, ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰੀਦਾ ਤਾਂ ਕੋਈ ਇੱਕ ਦੋ ਜਾਣੇ ਹੁੰਦੇ ਨੇ, ਹੁਣ ਛੋਟੇ ਬੱਚੇ ਤੋਂ ਉੱਥੇ ਝਗੜਾ ਹੋਇਆ, ਉਹ ਤੋਂ ਬਾਅਦ ਅਸੀਂ ਮੌਕੇ 'ਤੇ ਗਏ ਸੀ, ਅਤੇ ਹੁਣ ਫਰਦਰ ਜੋ ਵੀ ਆ ਅਸੀਂ ਇਹਦੇ ਰਿਗਾਰਡਿੰਗ ਜੋ ਸਾਹਮਣੇ ਤੱਤ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਜੋ ਸੱਚਾਈ ਸਾਹਮਣੇ ਲੈ ਕੇ ਆਵਾਂਗੇ ਔਰ ਜੋ ਬਣਦੀ ਕਾਰਵਾਈ ਕੀਤੀ ਜਾਏ। ਠੀਕ ਹੈ।